ਹੈਂ ਹਾਂ ਇੱਧਰ ਵੇਖਦਾ ਵਾ ਸਾਹ ਫਸਲ ਆਇਆ ਤੂੰ ਹੈਲੋ ਵੈਲਕਮ ਟੂ ਦਾ ਚੈਨਲ ਚੈਨਲ ਲੋਕਾਂ ਨੂੰ ਕਹਿਣਾ ਇੱਥੇ ਇੱਥੇ ਵੇਖਦੇ ਆ ਲੋਕੀ ਤੈਨੂੰ ਇੱਥੇ ਵੇਖਣ ਦੇ ਆ ਅੱਛਾ ਅੱਛਾ ਹੈਲੋ ਵੈਲਕਮ ਟੂ ਦਾ ਚੈਨਲ 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 ਲਗਭਗ ਪੂਰੇ ਇਲਾਕੇ ਦਾ ਇੱਕ ਲੌਤਾ ਮਿਸਤਰੀ ਹੈ ਸਾਡੇ ਕੋਲ ਅਤੇ ਇਸ ਕਰਕੇ ਡਿਮਾਂਡ ਜ਼ਿਆਦਾ ਵਾ ਹਾਂ ਤੂੰ ਹਾਂ ਮੈਂ ਸਕੂਲੇ ਪਹੁੰਚ ਗਿਆ ਵਾ ਤੂੰ ਚਾਬੀ ਲੈ ਕੇ ਆ ਜਾ ਹਾਂ 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 ਠੀਕ ਹੈ ਆ ਜਾ ਫਿਰ ਆ ਜਾ ਰੇੜਾ ਲਿਆਈ ਨਾਲੇ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਮੇਰੇ ਮਗਰ ਸਾਡੇ ਪਿੰਡ ਦਾ ਸਕੂਲ ਹੈ ਇੱਥੇ ਮੈਂ ਕਿਉਂ ਆਇਆ ਵਾਂ ਕਿਉਂਕਿ ਸਾਡੀ ਅੱਜ ਮੋਟਰ ਖਰਾਬ ਹੋ ਗਈ ਫਿਰ ਅਤੇ ਉਹਦੇ ਵਾਸਤੇ ਸਾਨੂੰ ਖੰਭੇ 'ਤੇ ਚੜ੍ਹਨ ਵਾਸਤੇ ਲੰਬੀ ਪੌੜੀ ਚਾਹੀਦੀ ਸੀ ਅਤੇ ਉਹ ਸਕੂਲ ਦੀ ਪੌੜੀ ਜਿਹੜੀ ਉਹ ਕਾਫੀ ਲੰਬੀ ਹੈ ਅਤੇ ਉਹ ਪੌੜੀ ਲੈਣ ਵਾਸਤੇ ਆਏ ਹਾਂ ਅਤੇ ਮੇਰੇ ਚਾਚੇ ਦਾ ਮੁੰਡਾ ਜਿਹੜਾ ਉਹ ਗਿਆ ਵਾ ਚਾਬੀ ਲੈਣ ਅੱਜ ਸੰਡੇ ਹੈ ਸਕੂਲ ਬੰਦ ਹੈ ਅਤੇ ਉਹ ਚਾਬੀ ਲਿਆਏਗਾ ਫਿਰ ਆਪਾਂ ਅੰਦਰੋਂ ਪੌੜੀ ਕੱਢਾਂਗੇ ਫਿਰ ਉਹਨੂੰ ਪੈਲੀ 'ਚ ਲੈ ਕੇ ਜਾਵਾਂਗੇ ਅਤੇ ਸਾਡਾ ਉੱਥੇ ਚਾਚਾ ਜਿਹੜਾ ਮਕੈਨਿਕ ਹੈ ਉਹ ਵੇਟ ਕਰ ਰਿਹਾ ਵਾ ਓ ਲੈ ਆ ਗਿਆ ਹਾਂ ਮਿਲ ਗਈ ਚਾਬੀ ਚੱਲ ਕਿਹੜੇ ਵਾਲੇ ਪਾਸੇ ਗਿਆ ਉਹਨਾਂ ਨੇ ਇੱਧਰ ਕਹਿੰਦੇ ਇੱਥੇ ਆ ਲੱਗ ਜੂ ਚਾਬੀ ਤੋਂ ਨਾ ਪੜ ਚਾਬੀ ਕਿਹੜੀ ਹੈ ਚਾਬੀ ਰਾਜੇ ਦੀ ਰਾਜਾ ਕੀ ਰਾਜਾ ਨਾ ਚਾਬੀ ਦੇ ਰਾਜਾ ਤੇ ਇਹਦੇ ਤਾਲੇ ਦਾ ਕੀ ਨਾਮ ਹੈ ਸਿਦਰਾ ਲੈ ਫਿਰ ਰਾਜਾ ਵਾਲਾ ਜਿਹੜਾ ਤਾਲਾ ਹੋਊ ਉਹਨੂੰ ਲੱਗੂ ਨਾ ਉਧਰ ਤੁਹਾਨੂੰ ਆ ਲੱਗ ਜੂ ਨਹੀਂ 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 ਆ ਵੀ ਨਹੀਂ ਹੈ ਚਾਬੀ ਤੇਰੀ ਨਵੀਂ ਹੈ ਤਾਲਾ ਪੁਰਾਣਾ ਨਹੀਂ ਨਹੀਂ ਇਹ ਵੀ ਉਹ ਵਾਲੀ ਸਾਈਡ ਦੇਖਣਾ ਪੈਣਾ ਹੁਣ ਇੰਨੇ ਕਮਰੇ ਆ ਸਕੂਲ ਦੇ ਵਿੱਚ ਪੁੱਛ ਕੇ ਨਹੀਂ ਆਇਆ ਕਿ ਕਿਹੜੇ ਕਮਰੇ 'ਚ ਹੈ ਅਤੇ ਹੁਣ ਸਾਰੇ ਕਮਰੇ ਆਪਾਂ ਤਾਲੇ ਚੈੱਕ ਕਰ ਰਹੇ ਹਾਂ ਇੱਕ ਇੱਕ ਕਰਕੇ ਕਿ ਕਿਹੜੇ ਕਮਰੇ ਦੇ ਵਿੱਚ ਜਿਹੜਾ ਵਾ ਉਹ ਪੌੜੀ ਪਈ ਹੋਈ ਹੈ ਆ ਰੂਮ ਯਾਰ ਕਿੰਨੇ ਕਮਰੇ ਹੁਣ ਇਕੱਲਾ ਇਕੱਲਾ ਚੈੱਕ ਕਰਨਾ ਹੈਗਾ ਆਪਾਂ ਨਾ ਯਾਰ ਤੂੰ ਪੁੱਛ ਕੇ ਕਿਉਂ ਨਹੀਂ ਆਇਆ ਮੈਂ ਪੁੱਛਿਆ ਸੀ ਉਹਨੂੰ ਹਾਂ ਕੀ ਕਹਿੰਦਾ ਉਧਰ ਆ ਪ੍ਰਾਇਮਰੀ ਵਾਲਾ ਜਨਰੇਟਰ ਲੱਗ ਗਿਆ ਸੁਖਮਨ ਇੱਥੇ ਚੈੱਕ ਕਰ ਯਾਰ ਆਹ ਸ਼ਟਰ ਵਾਲਾ ਲੱਗ ਰਿਹਾ ਰੂਮ ਨੰਬਰ 3 ਇਹ 6 ਸਕਦਾ ਯਾਰ ਨਾ ਯਾਰ ਹੂੰ ਇਹ ਵੀ ਨਹੀਂ ਬਣੀ ਸਰ ਨਹੀਂ ਨਾ ਅਸੀਂ ਉੱਥੋਂ ਸ਼ੁਰੂ ਕੀਤਾ ਸੀ ਨਹੀਂ ਮਤਲਬ ਅਸੀਂ ਸ਼ੁਰੂ ਕੀਤਾ ਸੀ ਉੱਥੋਂ ਠੀਕ ਹੈ ਉਹ 4 ਕਮਰੇ ਦੇਖੇ ਫਿਰ ਹੁਣ ਅਸੀਂ ਆਹ ਸਾਰੇ ਕਮਰੇ ਦੇਖੇ ਆ ਇੱਥੇ ਤੱਕ ਅਤੇ ਹੁਣ ਬਾਕੀ ਅੱਗੇ ਚੈੱਕ ਕਰਨ ਲੱਗੇ ਹਾਂ ਅਤੇ ਆਪਾਂ ਪਿਛਲੇ 15 ਮਿੰਟ ਤੋਂ ਇੱਕ ਇੱਕ ਕਮਰਾ ਚੈੱਕ ਕਰ ਰਹੇ ਹਾਂ ਸਾਨੂੰ ਲੱਭਾ ਨਹੀਂ ਹੁਣ ਫੋਨ ਕੀਤਾ ਆਪਾਂ ਉਹਨਾਂ ਨੂੰ ਕਿ ਆ ਕੇ ਸਾਨੂੰ ਦੱਸੋ ਕਿ ਕਿਹੜਾ ਕਮਰਾ ਵਾ ਇੰਨੇ ਕਮਰਿਆਂ 'ਚੋਂ ਆਪਾਂ ਕਿੱਦਾਂ ਲੱਭੀਏ ਠੀਕ ਹੈ ਅਤੇ ਉਹਨਾਂ ਦਾ ਵੇਟ ਕਰੀਏ ਕੀ ਉਹ ਹਾਂ ਗਿਆ ਟ੍ਰਾਂਸਫਾਰਮਰ ਤੋਂ ਸਵਿੱਚ ਕੱਟਣਾ ਪੈਣਾ ਪਹਿਲੇ ਅਤੇ ਸਵਿੱਚ ਕੱਟਣ ਲਈ ਪਹਿਲੇ ਚਾਚਾ ਕਹਿੰਦੇ ਕਿ ਉਹ ਬਿਜਲੀ ਵਾਲਿਆਂ ਨੂੰ ਫੋਨ ਵੀ ਕਰਨਾ ਪੈਣਾ ਕਿ ਟ੍ਰਾਂਸਫਾਰਮਰ 'ਤੇ ਚੜ੍ਹਨ ਵਾਸਤੇ ਉਹ ਵੀ ਕਰਦੇ ਹਾਂ 2 ਮਿੰਟ ਦਿਓ ਸਾਨੂੰ
ਘਿਓ ਹੋਊ ਫਿਰ ਟ੍ਰਾਂਸਫਾਰਮਰ ਦਾ ਸਵਿੱਚ ਕੱਟਤਾ ਹੁਣ ਪੈਲੀ 'ਚ ਸਾਰੇ ਪਿੰਡ 'ਚ ਤੈਨੂੰ ਲੱਭਦਾ ਆਇਆ ਮੈਂ ਸਗੋਂ ਜੋ ਕੰਮ ਹੁੰਦਾ ਉਦੋਂ ਕਿੱਥੇ ਗਵਾਚ ਜਾਂਦਾ ਹੁੰਦਾ ਤੂੰ ਇਹਨੂੰ ਨਾ ਚਾਚਾ ਪੂਰੇ ਪਿੰਡ 'ਚ ਲੱਭਦਾ ਆਇਆ ਮੈਂ ਚਲਾ ਫਿਰ ਜਰਦਾ ਜਲਦੀ ਲਾ ਫਿਰ ਪੌੜੀ ਫੜ ਪੌੜੀ ਫੜ ਦੋ ਇੱਕ ਹੱਥ ਨਾਲ ਨੀ ਫੜਨੀ ਨਹੀਂ ਚੜ ਜਾ ਤੇ ਮੇਰੀ ਜੇਬ 'ਚ ਆਹੋ ਹੈਲੋ ਹਾਂਜੀ ਬਾਬਾ ਜੀ ਗੱਲ ਇੱਦਾਂ ਮਕੈਨਿਕ ਸਾਹਿਬ ਕਾਫੀ ਬਿਜ਼ੀ ਹੈ ਚਾਚਾ ਸਾਡੇ ਕੀ ਕਹਿੰਦੇ ਹੁੰਦੇ ਆ ਲਗਭਗ ਪੂਰੇ ਇਲਾਕੇ ਦਾ ਇੱਕ ਲੌਤਾ ਮਿਸਤਰੀ ਹੈ ਸਾਡੇ ਕੋਲ ਅਤੇ ਇਸ ਕਰਕੇ ਡਿਮਾਂਡ ਜ਼ਿਆਦਾ ਵਾ ਅਤੇ ਫੋਨ ਵਾਰ ਵਾਰ ਆਉਂਦਾ ਚੱਲ ਵੇਖ ਲੈਂਦੇ ਕੀ ਸੜੀਆਂ ਹੋਈਆਂ ਸੀ ਯਾਰ ਇੱਥੇ ਮੈਂ ਸਭ ਤੋਂ ਵੇਖਿਆ ਲੈ ਵੀ ਵੇਖ ਲਿਆ ਤੂੰ ਉਹਨੂੰ ਤਾਂ ਕਿਹਾ ਸੀ ਕਿਸੇ ਨੂੰ ਦੇਖਿਆ ਨਾ ਕਰ ਚੰਗੀ ਠੰਡ ਸੀ ਉਦੋਂ ਤਾਂ ਲੈ ਵੀ ਜਦੋਂ ਧੁੱਪ ਨਿਕਲੀ ਨਾ ਅਤੇ ਉਸੇ ਲੈ ਵੀ ਲੰਬੇ ਪੈ ਗਿਆ ਮੈਂ ਵੇਖਿਆ ਉਹਨੂੰ ਕੀ ਸੱਪ ਬੜਾ ਲੰਮਾ ਮੈਂ ਜਦੋਂ ਵੇਖਿਆ ਨਾ ਤੇ ਲੰਮੇ ਕਿਉਂ ਪੈ ਗਿਆ ਤੈਨੂੰ ਵੇਖ ਕੇ ਲੰਮੇ ਪੈ ਗਿਆ ਨਾ ਜਦੋਂ ਧੁੱਪ ਨਿਕਲੀ ਨਾ ਜਦੋਂ ਪੂਰੀ ਧੁੱਪ ਨਿਕਲੀ ਬੋਲੇ ਵੇਖਿਆ ਤੇ ਵੀ ਧੁੱਪ ਨਿਕਲੀ ਆ ਬੋਲੇ ਪੂਰਾ ਚੌੜਾ ਹੋ ਗਿਆ ਕਿ ਮੈਂ ਦੇਖ ਕੀ ਇਹਨੂੰ ਪੂਰਾ ਪਤਾ ਜੀ ਇਹਨੂੰ ਕੀ ਬਣਾਉਂਦਾ ਫਿਲਮ ਆਹੋ ਹੈਂ ਹੈਂ ਇੱਕ ਮਿੰਟ ਰੱਖੋ ਮੂੰਹ ਤਾਂ ਪੂਰਾ ਦਿਖਾ ਇਹ ਇੱਥੇ ਕਰਾ ਤੇਰਾ ਮੂੰਹ ਆਇਆ ਲੋਕ ਇੱਥੇ ਇੱਥੇ ਤਾਂ ਬਿਲਕੁਲ ਹੀ ਹੈਨਾ ਨਿਆਣੇ ਉਹ ਲੱਭਦੇ ਭਲਾ ਉਹ ਕਿਉਂ ਲੱਭਣੇ ਆ ਆਹ ਪਾਸੇ ਇੱਧਰਲੇ ਪਾਸੇ ਉੱਤੇ ਵਿਖਾਉਂਦੇ ਆ ਵਾ ਹੈਂ ਹਾਂ ਇੱਧਰ ਵੇਖਦਾ ਵਾ ਸਾਫ ਪਾਸਾ ਲਾਇਆ ਤੂੰ ਵਲੌਗਰ ਬਣ ਗਿਆ ਤੂੰ ਇੰਨਾ ਕਹਿ ਦੇ ਨਾ ਕਿ ਹੈਲੋ ਵੈਲਕਮ ਟੂ ਦਾ ਚੈਨਲ ਕਹਿ ਦੇ ਹੈਲੋ ਹੈਲੋ ਵੈਲਕਮ ਟੂ ਦਾ ਚੈਨਲ ਚੈਨਲ ਲੋਕਾਂ ਨੂੰ ਕਹਿਣਾ ਇੱਥੇ ਇੱਥੇ ਵੇਖਦੇ ਆ ਲੋਕੀ ਤੈਨੂੰ ਇੱਥੇ ਵੇਖਣ ਦੇ ਅੱਛਾ ਅੱਛਾ ਹੈਲੋ ਵੈਲਕਮ ਟੂ ਦਾ ਚੈਨਲ 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 ਵੈਰੀ ਗੁੱਡ ਸੱਖੋ ਵਲੌਗਰ ਠੀਕ ਹੈ ਜੀ ਤੇ ਜੋ ਕੰਮ ਸੀ ਉਹਲੇ ਲੱਭਾ ਨੀ ਤੇ ਹੁਣ ਜਿਹਨੇ ਸਾਰੀ ਪੌੜੀ ਲੱਭ ਕੇ ਆਪਾਂ ਲੈਣ ਦੀ ਹੁਣ ਸਗੋਂ ਵੀ ਆ ਗਿਆ ਹੁਣ ਅੱਗੇ ਕੰਮ ਸਾਂਭ ਲਾ ਭਰਾ ਤੂੰ ਠੀਕ ਹੈ ਬਾਲੇ ਬਾਲੇ ਚਾਚਾ ਇਹ ਤਾਰ ਤੇ ਪਰ ਹੁਣ ਫੋਨ ਦੀਆਂ ਤਾਰਾਂ ਤੇ ਅੱਜ ਕੱਲ੍ਹ ਨਹੀਂ ਆ ਨਹੀਂ ਚਾਚਾ ਤਾਰ ਚੈੱਕ ਕਰ ਰਹੇ ਆ ਕਿ ਕਿਤੇ ਤਾਰ ਦੇ ਵਿੱਚ ਫਾਲਟ ਤਾਂ ਨਹੀਂ ਹੈ ਜੇ ਤਾਰ 'ਚ ਫਾਲਟ ਹੋਇਆ ਤਾਂ ਆਪਣਾ ਕਰੀਬ ਕਰੀਬ ਚਾਚਾ ਕਿੰਨਾ ਖਰਚਾ ਭਲਾ ਕਿੰਨੇ ਮੀਟਰ 200 ਰੁਪਏ ਮੀਟਰ ਹੈ ਤਾਰ 200 ਰੁਪਏ ਫੁੱਟ ਹੈ ਅਤੇ ਆਪਣਾ ਜਿੰਨੀ ਤਾਰ ਚਾਹੀਦੀ ਉਹਦੇ ਹਿਸਾਬ ਨਾਲ 20 ਤੋਂ 25 ਹਜ਼ਾਰ ਰੁਪਏ ਦਾ ਖਰਚਾ ਹੋਣਾ ਜੇ ਤਾਰ ਖਰਾਬ ਨਿਕਲ ਗਈ ਤਾਂ ਤਾਰ ਤਾਰ ਕਿੰਨੀ ਮਹਿੰਗੀ ਆ ਬਸ ਉੱਥੋਂ ਸ਼ੁਰੂ ਕਾਲੀ ਫੜ ਗਿਆ ਕਾਲੀ ਵੀ ਚੈੱਕ ਕਰ ਲਈਏ
ਲਓ ਜੀ, ਇਹ ਖੁਸ਼ਖਬਰੀ ਹੈ ਜੀ ਤੁਹਾਡੇ ਵਾਸਤੇ ਵੀ ਕਿ ਆਪਣਾ ਖਰਚਾ ਬਚ ਗਿਆ। ਤਾਰ ਦੇ ਵਿੱਚ ਕੋਈ ਫਾਲਟ ਨਹੀਂ ਹੈ, ਸਿਰਫ ਜੋੜ ਹੀ ਲਿਆ ਹੋਇਆ ਸੀ ਸ਼ਾਇਦ, ਉਹਦਾ ਚੱਕਰ ਪਿਆ ਵਾ। ਅਤੇ ਹੁਣ ਵਾਪਸ ਉੱਪਰ ਚੜ੍ਹ ਕੇ ਸਾਰੀ ਤਾਰ ਜੋੜ ਦੇਣੀ ਹੈ। ਜਿਹੜੀ ਚੀਜ਼ ਦਾ ਮੇਨ ਟੈਨਸ਼ਨ ਸੀ ਉਹ ਦੂਰ ਹੋ ਗਈ ਹੈ। ਠੀਕ ਹੈ ਜੀ, ਬੂਮ। ਮੈਨੂੰ ਜੋ ਹੁਣ ਤੱਕ ਸਮਝ ਆਇਆ, ਗੱਲ ਪਤਾ ਕੀ ਸੀਗੀ ਕਿ ਚਾਰ ਰੰਗ ਦੀਆਂ ਤਾਰਾਂ ਸੀ, ਇੱਕ ਕਾਲੀ, ਲਾਲ, ਪੀਲੀ ਅਤੇ ਨੀਲੀ, ਚਾਰ ਤਾਰਾਂ ਸੀ। ਪਰ ਜਿਹੜੀ ਪੀਲੀ ਵਾਲੀ ਤਾਰ ਸੀ ਨਾ, ਉਹ ਉੱਪਰ ਉਹ ਕਾਲੀ ਵਾਲੀ ਨਾਲ ਜੋੜੀ ਹੋਈ ਸੀ, ਅਤੇ ਜੋ ਥੱਲੇ ਆਪਾਂ ਜੋੜਦੇ ਸੀ ਅਤੇ ਉਹ ਇਸ ਕਰਕੇ ਕਨੈਕਸ਼ਨ ਦੇ ਵਿੱਚ ਫਾਲਟ ਦਿਖਦਾ ਸੀ, ਸਮਝ ਗਏ। ਅਤੇ ਹੁਣ ਉਹ ਠੀਕ ਕਰ ਦੇਣਾ ਵਾ ਅਤੇ ਮੋਟਰ ਚੱਲ ਪੈਣੀ ਹੈ। ਐਰਕਾਂ ਪੀਲੀ ਤਾਰ ਨਾਲ ਪੀਲੀ ਤਾਰ ਜੋੜਨੀ ਚਾਹੀਦੀ ਹੈ। ਠੀਕ ਹੈ, ਠੀਕ ਹੈ। ਪੀਲੀ ਨਾਲ ਪੀਲੀ, ਹੋਰ ਪੀਲੀ ਉੱਥੋਂ ਪੀਲੀ, ਉੱਥੋਂ ਪੀਲੀ। ਪੀਲੀ ਕੀ ਸ਼ਰਾਬ ਥੋੜੀ ਪੀਲੀ, ਮੈਂ ਤਾਰ ਪੀਲੀ ਦੀ ਗੱਲ ਕੀਤੀ ਆ। ਸੱਕੋ ਜਦੋਂ ਵੀ ਵੇਖੋ ਗੱਲ ਪੀਲੀ ਦੀ, ਇੱਕੋ ਗੱਲ ਪੀਲੀ ਆ, ਉੱਥੋਂ ਪੀਲੀ ਉੱਥੋਂ ਪੀਲੀ। ਕਣਕ ਨੂੰ ਹਾਂ ਅਸੀਂ ਬਰਸਨ ਨੂੰ ਨਹੀਂ ਅਜੇ ਤੱਕ ਪਾਣੀ ਲਾਇਆ, ਤੂੰ ਕਰ ਕਿਉਂ ਲੱਭਣ ਦਿਆ ਏ? ਨਹੀਂ ਅਸੀਂ ਵੀ ਨਹੀਂ ਬਰਸਨ ਲਾਇਆ, ਬਾਹਰ ਮਾਰ ਦੇਣਾ ਬੱਬੂ, ਮੀਆਂ ਨਾ ਲੱਗਾ ਵਾ। ਚਾਚਾ ਨਾਗਵਾਲ ਪਾ ਨਾ, ਵੇਖੀ ਭਲਾ ਨਾਗਵਾਲ ਦਾ ਫੋਨ ਆ ਗਿਆ ਜਿਹੜਾ। ਹੈਲੋ, ਹਾਂਜੀ ਬਾਬਾ ਜੀ। ਗੱਲ ਇੱਦਾਂ, ਮਕੈਨਿਕ ਸਾਹਿਬ ਕਾਫੀ ਬਿਜ਼ੀ ਹੈ ਚਾਚਾ, ਸਾਡੇ ਕੀ ਕਹਿੰਦੇ ਹੁੰਦੇ ਆ, ਲਗਭਗ ਪੂਰੇ ਇਲਾਕੇ ਦਾ ਇੱਕ ਲੌਤਾ ਮਿਸਤਰੀ ਹੈ ਸਾਡੇ ਕੋਲ, ਅਤੇ ਇਸ ਕਰਕੇ ਡਿਮਾਂਡ ਜ਼ਿਆਦਾ ਵਾ ਅਤੇ ਫੋਨ ਵਾਰ ਵਾਰ ਆਉਂਦਾ। ਚੱਲ ਵੇਖ ਲੈਂਦੇ, ਕੋਈ ਨੀ ਆ ਜਾਣੀ ਥੱਲੇ ਵਿੱਚ ਫੜ ਚੱਲ ਥੱਲੇ ਫੜਾ ਉਹਨਾਂ ਨੂੰ। ਚਾਚਾ ਡਨ ਫਾਲਟ ਇੱਥੋਂ ਨਿਕਲ ਗਿਆ ਵਾ, ਅਤੇ ਹੁਣ ਜਿਹੜਾ ਸਵਿੱਚ ਕੱਟਿਆ ਸੀ ਟਰਾਂਸਫਾਰਮਰ ਦਾ, ਉਹਨੂੰ ਵਾਪਸ ਲਾ ਦਈਏ। ਸਾਡੀ ਬੱਤੀ ਨਹੀਂ ਆਉਂਦੀ, ਲੋਕਾਂ ਨੇ ਤਾਂ ਪਾਣੀ ਲਾਉਣਾ ਕਿ ਨਹੀਂ, ਅਤੇ ਹੁਣ ਇਸ ਕਰਕੇ ਸਵਿੱਚ ਲਾਉਣ ਚੱਲੇ ਹਾਂ ਆਪਾਂ। ਦੁਬਾਰਾ ਥੱਲੇ